ਗੈਂਗਸਟਰਵਾਦ ਨੂੰ ਠੱਲ ਪਾਉਣ ਲਈ ਪੁਲਿਸ ਪ੍ਰਸ਼ਾਸਨ ਦਿਨ ਰਾਤ ਕਾਰਵਾਈ ਕਰ ਰਿਹਾ ਹੈ ਅਤੇ ਹਰ ਰੋਜ਼ ਕੋਈ ਨਾ ਕੋਈ ਸਫਲਤਾ ਪੁਲਿਸ ਦੇ ਹੱਥ ਲੱਗਦੀ ਹੈ। ਪੁਲਿਸ ਨੇ ਆਪਣੀ ਸਖ਼ਤ ਕਾਰਵਾਈ ਕਰਦੇ ਹੋਏ ਸੁੱਖਾ ਕਾਲਵਾਂ ਦੇ ਗਰੁੱਪ ਮੈਂਬਰ ਸੰਦੀਪ ਸਿੰਘ ਉਰਫ ਸੋਨੂ ਨੂੰ ਗ੍ਰਿਫਤਾਰ ਕਰ ਲਿਆ ਹੈ। ਤੁਹਾਨੂੰ ਦੱਸ ਦਈਏ ਕਿ ਦਸੂਹਾ ਦੇ CIA ਸਟਾਫ ਨੇ ਗੁਪਤ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ 'ਤੇ ਸੋਨੂ ਨੂੰ ਸ਼ਿਕੰਜੇ ਵਿੱਚ ਲੈ ਲਿਆ ਹੈ। ਜਲੰਧਰ ਦਾ ਰਹਿਣ ਵਾਲਾ ਸੰਦੀਪ ਸਿੰਘ ਉਰਫ ਸੋਨੂ ਕਈ ਮਾਮਲਿਆਂ ਵਿੱਚ ਲੰਬੇ ਸਮੇਂ ਤੋਂ ਭਗੌੜਾ ਸੀ ਅਤੇ ਪੁਲਿਸ ਵੀ ਕਾਫ਼ੀ ਲੰਬੇ ਸਮੇਂ ਤੋਂ ਇਸ ਦੀ ਭਾਲ ਕਰ ਰਹੀ ਸੀ। ਪੁਲਿਸ ਅਧਿਕਾਰੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਸੋਨੂ ਸੁੱਖਾ ਕਾਲਵਾਂ ਦਾ ਕਰੀਬੀ ਹੈ ਅਤੇ ਉਸਨੇ ਜਲੰਧਰ ਦੇ ਵਿੱਚ ਬਹੁਤ ਸਾਰੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਉਹਨਾਂ ਦਾ ਸਾਥੀ ਰਹਿ ਚੁੱਕਿਆ ਅਤੇ ਜਿਹੜਾ ਵਿੱਕੀ ਗੌਂਡਰ ਆ ਉਹਦੇ ਐਂਟੀ ਗਰੁੱਪ ਦਾ ਬੰਦਾ ਸੀ, ਉਹਦੇ ਬੰਦਿਆਂ ਨੂੰ ਵੀ ਇਹਨਾਂ ਨੇ ਮਾਰਿਆ ਸੀ ਲਵਲੀ ਬਾਬਾ ਨੂੰ ਜਲੰਧਰ ਦੇ ਵਿੱਚ, ਅਤੇ ਹੁਣ ਵੀ ਇਹ ਸਾਡੇ ਗੜਦੀਵਾਲ ਥਾਣਾ ਦਾ PO ਸੀਗਾ ਜੀ, ਅਤੇ ਜਲੰਧਰ ਦੇ ਵੀ ਇੱਕ ਮੁਕੱਦਮੇ ਦਾ PO ਹੈ ਥਾਣਾ ਸਦਰ ਜਲੰਧਰ ਦਾ, ਜਿਹਨੂੰ ਦੌਰਾਨੇ ਗਸ਼ਤ ਕਾਬੂ ਕੀਤਾ ਗਿਆ ਅਤੇ ਹੋਰ ਪੁਲਿਸ ਰਿਮਾਂਡ ਲੈ ਕੇ ਹੋਰ ਪੁਲਿਸ ਡਿਸਪੀ ਆਈ ਅੱਜ ਪੇਸ਼ ਅਦਾਲਤ ਕੀਤਾ ਜਾ ਰਿਹਾ। ਪੰਜਾਬ ਸੂਬੇ ਵਿੱਚ ਅਮਨ ਸ਼ਾਂਤੀ ਬਣਾਈ ਰੱਖਣ ਅਤੇ ਸੂਬੇ ਨੂੰ ਗੈਂਗਸਟਰਾਂ ਤੋਂ ਮੁਕਤ ਬਣਾਉਣ ਲਈ ਪੁਲਿਸ ਪ੍ਰਸ਼ਾਸਨ ਨੇ ਬਹੁਤ ਸਖ਼ਤੀ ਕੀਤੀ ਹੈ, ਜਿਸ ਦੇ ਚੱਲਦੇ ਪੁਲਿਸ ਨੂੰ ਵੱਡੀਆਂ ਕਾਮਯਾਬੀਆਂ ਮਿਲ ਰਹੀਆਂ ਹਨ। ਬਿਊਰੋ ਰਿਪੋਰਟ, ਸਪੋਕਸਮੈਨ TV।